ਐਸਨਾ ਹੈਗਾ ਕਿ ਜੇ ਬੱਚਾ 14-15 ਸਾਲ ਦਾ ਹੋ ਗਿਆ ਤੇ ਫਿਰ ਪੇਰੈਂਟਸ ਸ਼ਿਕਾਇਤ ਕਰਦੇ ਆ ਤੇ ਫਿਰ ਮੈਨੂੰ ਲੱਗਦਾ ਉਹ ਥੋੜੇ ਲੇਟ ਹੋ ਗਏ ਕਿਉਂਕਿ ਬੱਚਿਆਂ ਨੂੰ ਸਿਖਾਉਣਾ ਇਹ ਨਹੀਂ ਕਿ ਉਹਨਾਂ ਨੂੰ ਪੜ੍ਹਾਉਣਾ ਜਾਂ ਉਹਨਾਂ ਨੂੰ ਘਰ ਬੈਠ ਕੇ ਹੋਮਵਰਕ ਕਰਾਉਣਾ ਉਹਨਾਂ ਨੂੰ ਕੰਮ ਸਿਖਾਉਣੇ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਸਿਖਾਉਣਾ ਕਿ ਬੱਚਿਆਂ 'ਚ ਬਹੁਤ ਸਾਰੀ ਐਨਰਜੀ ਹੁੰਦੀ ਹੈ ਜੇ ਤੁਸੀਂ ਇਹ ਕੰਮਾਂ 'ਚ ਉਹਦੀ ਐਨਰਜੀ ਨਹੀਂ ਲਗਾਓਗੇ ਤਾਂ ਫਿਰ ਉਹ ਆਪਣੀ ਐਨਰਜੀ ਨੂੰ ਪੁੱਠੇ ਸਿੱਧੇ ਤੋੜ ਭੰਨ 'ਚ ਯੂਜ਼ ਕਰੇਗਾ ਸਾਡਾ ਕੋਈ ਸਟੇਟਸ ਨਹੀਂ ਹੈ ਬੱਚਾ ਆਪਣੀ ਮਰਜ਼ੀ ਨਾਲ ਚੂਜ਼ ਕਰ ਰਿਹਾ ਕੋਈ ਕਿਸੇ ਦਾ ਵੀ ਕੋਈ ਵੀ ਪੇਰੈਂਟਸ ਹੋ ਸਕਦੇ ਹੈ ਕੋਈ ਕਿਸੇ ਤਰ੍ਹਾਂ ਦੇ ਵਰਕਰ ਹੋ ਸਕਦੇ ਹੈ ਜ਼ਰੂਰੀ ਨਹੀਂ ਕਿ ਉਹ ਮੇਰੇ ਸਟੈਂਡਰਡ ਦੇ ਹੋਣ ਔਰ ਇਹ ਖੁਸ਼ੀ ਜਿਹੜੀ ਬੱਚੇ ਨੂੰ ਆਪਣੀ ਮਰਜ਼ੀ ਨਾਲ ਦੋਸਤ ਚੁਣ ਕੇ ਉਹਦੇ ਨਾਲ ਗੱਲ ਕਰਕੇ ਮਿਲਦੀ ਹੈ ਅਸੀਂ ਉਹਨੂੰ ਖਰੀਦ ਕੇ ਨਹੀਂ ਦੇ ਸਕਦੇ ਡਾਕਟਰ ਸਾਹਿਬ ਇੱਕ ਨਾ ਹੋਰ ਇੱਕ ਬੜਾ ਵੱਡਾ ਇਸ਼ੂ ਹੈ ਪੇਰੈਂਟਸ ਦਾ ਖਾਸ ਤੌਰ 'ਤੇ ਕੀ ਕਹਿੰਦੇ ਬੱਚੇ ਕਹਿਣਾ ਨਹੀਂ ਮੰਨਦੇ ਸਾਡੇ ਤਾਂ ਕਹਿਣੇ 'ਚ ਹੀ ਨਹੀਂ ਹੈ ਜਿਵੇਂ ਜਿਵੇਂ ਗਰੋ ਹੋ ਰਿਹਾ ਬੱਚਾ ਹੈ ਨਾ ਜਾਂ ਛੋਟੇ ਬੱਚੇ ਵੀ ਮੇਰਾ ਤਾਂ ਕਹਿਣਾ ਹੀ ਨਹੀਂ ਮੰਨਦਾ ਜੀ ਸਾਰਾ ਦਿਨ ਮੋਬਾਈਲ ਹੀ ਚੱਕੀ ਘੁੰਮੀ ਜਾਂਦਾ ਇਹ ਪੜ੍ਹਦਾ ਨਹੀਂ ਹੈ ਮੇਰੇ ਮੁਤਾਬਿਕ ਕਿਤਾਬਾਂ ਨਹੀਂ ਰੱਖ ਰਿਹਾ ਬੈਗ ਨਹੀਂ ਰੱਖ ਰਿਹਾ ਮੇਰੇ ਮੁਤਾਬਿਕ ਜਿਹੜਾ ਹੈ ਜਿੰਨਾ ਕੁ ਮੈਂ ਚਾਹੁੰਦੀ ਹਾਂ ਜਾਂ ਚਾਹੁੰਦੇ ਹਾਂ ਕਿ ਇੰਨਾ ਕੁ ਟੀ ਵੀ ਦੇਖੇ ਬੱਚਾ ਇੰਨਾ ਨਾ ਦੇਖੇ ਜਾਂ ਜੋ ਮੈਂ ਚਾਹੁੰਦੀ ਇਹ ਕਰ ਨਹੀਂ ਰਿਹਾ ਤਾਂ ਚਾਈਲਡ ਇਜ਼ ਮੁੱਕ ਦੀ ਗੱਲ ਇਹ ਹੈ ਕਿ ਚਾਈਲਡ ਇਜ਼ ਨੋਟ ਡਿਸਿਪਲਿਨਡ ਐਂਡ ਹੀ ਇਜ਼ ਨੋਟ ਪੇਇੰਗ ਹੀ ਟੂ ਦਾ ਪੇਰੈਂਟਸ ਐਡਵਾਈਜ਼ ਪੇਰੈਂਟਸ ਦੇ ਨਾਲ ਜਿਹੜਾ ਹੈ ਉਹ ਬਿਲਕੁਲ ਵੀ ਕਰ ਨਹੀਂ ਰਿਹਾ ਉਹਨਾਂ ਦਾ ਕਹਿਣਾ ਨਹੀਂ ਮੰਨ ਰਿਹਾ ਇਹ ਬੜੇ ਪੇਰੈਂਟਸ ਦੀ ਪ੍ਰੋਬਲਮ ਹੋਏਗੀ ਵੀਡੀਓ ਪੂਰਾ ਦੇਖਿਓ ਪੂਰੀ ਗੱਲਬਾਤ ਸੁਣਿਓ ਸਾਡੇ ਨਾਲ ਅੱਜ ਨੇ ਡਾਕਟਰ ਸੁਰਿੰਦਰ ਕੌਰ ਗਿੱਲ ਐਜੂਕੇਸ਼ਨਿਸਟ ਨੇ ਡਾਕਟਰੇਟ ਨੇ ਐਜੂਕੇਸ਼ਨ ਦੇ ਵਿੱਚ ਸਾਡੇ ਸ਼ਹਿਰ ਦੇ ਲਈ ਬੜੀ ਮਾਣ ਦੀ ਗੱਲ ਹੈ ਸ਼ਾਇਦ ਕੋਈ ਹੀ ਐਜੂਕੇਸ਼ਨ ਦੇ ਉੱਤੇ ਸਾਨੂੰ ਡਾਕਟਰੇਟ ਮਿਲੇਗਾ ਔਰ ਡਾਕਟਰ ਸਾਹਿਬ ਨੇ ਇਹਨਾਂ ਨਾਲ ਗੱਲ ਕਰ ਰਹੇ ਬੱਚੇ ਕਹਿਣਾ ਨਹੀਂ ਮੰਨਦੇ ਸੁਣਦੇ ਹਾਂ ਕੀ ਕਹਿੰਦੇ ਨੇ ਡਾਕਟਰ ਸਾਹਿਬ ਕੀ ਕਹਿੰਦੇ ਜੀ ਹਾਂਜੀ ਸਰ ਇਸ ਤਰ੍ਹਾਂ ਹੈਗਾ ਕਿ ਜੇ ਬੱਚਾ 14-15 ਸਾਲ ਦਾ ਹੋ ਗਿਆ ਤੇ ਫਿਰ ਪੇਰੈਂਟਸ ਸ਼ਿਕਾਇਤ ਕਰਦੇ ਆ ਤੇ ਫਿਰ ਮੈਨੂੰ ਲੱਗਦਾ ਉਹ ਥੋੜੇ ਲੇਟ ਹੋ ਗਏ ਅੱਛਾ ਜੀ ਕਿਉਂਕਿ ਬੱਚਿਆਂ ਨੂੰ ਸਿਖਾਉਣਾ ਇਹ ਨਹੀਂ ਕਿ ਉਹਨਾਂ ਨੂੰ ਪੜ੍ਹਾਉਣਾ ਜਾਂ ਉਹਨਾਂ ਨੂੰ ਘਰ ਬੈਠ ਕੇ ਹੋਮਵਰਕ ਕਰਾਉਣਾ ਉਹਨਾਂ ਨੂੰ ਕੰਮ ਸਿਖਾਉਣੇ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਸਿਖਾਉਣੇ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਬੱਚਾ ਸਵੇਰੇ ਆਪਣਾ ਸਕੂਲ ਜਾਣ ਲਈ ਤਿਆਰ ਹੋ ਰਿਹਾ ਤੇ ਉਹਨੂੰ ਇਹ ਕਹਿਣਾ ਕਿ ਬੇਟਾ ਆਪਣੇ ਸ਼ੂਜ਼ ਲੈ ਕੇ ਆਓ ਬੈਠ ਕੇ ਆਪਣੇ ਸ਼ੂਜ਼ ਪਾ ਲਓ ਆਪਣੇ ਸੌਕਸ ਪਾ ਲਓ ਉਹਨੇ ਪਾ ਲੀਆਂ ਫਿਰ ਉਹਨੂੰ ਕਹਿਣਾ ਕਿ ਸ਼ਾਮ ਜਦੋਂ ਦੁਪਹਿਰੇ ਆਏਗਾ ਕਿ ਬੇਟਾ ਆਪਣੇ ਸ਼ੂਜ਼ ਆਪਣੀਆਂ ਸੌਕਸ ਉੱਥੇ ਹੀ ਰੱਖਣੀਆਂ ਨੇ ਜਿੱਥੋਂ ਚੁੱਕੀਆਂ ਸੀ ਇੱਕ ਕੋਰਨਰ ਸੈੱਟ ਕਰਤਾ ਉੱਥੇ ਹੀ ਰੱਖਣੀਆਂ ਨੇ ਇਸੇ ਤਰ੍ਹਾਂ ਯੂਨੀਫਾਰਮ ਹੈ ਇਸਨੂੰ ਸਿੱਧੀ ਕਰਕੇ ਰੱਖਣਾ ਹੈ ਬੇਟਾ ਅਤੇ ਬੈਗ ਦੇ ਲਈ ਇੱਕ ਪ੍ਰੋਪਰ ਜਗ੍ਹਾ ਬਣਾ ਦਿਓ ਚਾਹੇ ਕੋਰਨਰ ਹੀ ਬਣਾ ਦਿਓ ਚਾਹੇ ਇੱਕ ਟੇਬਲ ਰੱਖ ਦਿਓ ਕੁਛ ਵੀ ਬਣਾ ਦਿਓ ਕੋਈ ਵੀ ਚੀਜ਼ ਰੱਖ ਦਿਓ ਕਿ ਬੇਟਾ ਤੁਸੀਂ ਆਪਣਾ ਬੈਗ ਜਿਹੜਾ ਨਾ ਸਕੂਲ ਵਾਲਾ ਉਹ ਇੱਥੇ ਰੱਖਣਾ ਇੱਕ ਦਿਨ ਉਹ ਇੱਧਰ ਉੱਧਰ ਰੱਖ ਦੇਗਾ ਦੋ ਦਿਨ ਰੱਖੇਗਾ ਫਿਰ ਉਹਨੂੰ ਕਹਾਂਗੇ ਨਹੀਂ ਬੇਟਾ ਪਲੀਜ਼ ਤੁਸੀਂ ਆਪਣਾ ਬੈਗ ਚੱਕੋ ਤੁਸੀਂ ਉੱਥੇ ਰੱਖ ਦਿਓ ਇਹ ਅਰਲੀ ਸਟੇਜ ਤੋਂ ਅਰਲੀ ਸਟੇਜ ਤੋਂ ਮਤਲਬ ਕਿ ਜਦੋਂ ਬੱਚਾ ਸਕੂਲ ਹੀ ਜਾਣ ਲੱਗਿਆ ਨਰਸਰੀ ਫਸਟ ਸੈਕਿੰਡ ਦਾ ਬੱਚਾ ਹੈ ਨਾ ਉਸਦੇ ਲਈ ਇਹ ਸਾਰੀਆਂ ਚੀਜ਼ਾਂ ਕਿ ਤੁਸੀਂ ਹੁਣ ਅਸੀਂ ਸੋਚਦੇ ਨਹੀਂ ਨਹੀਂ ਬੱਚੇ ਨੂੰ ਹਾਏ ਵਿਚਾਰਾ ਹੁਣ ਸਕੂਲੋਂ ਆਇਆ ਥੱਕ ਗਿਆ ਹੁਣ ਇਹ ਬੈਗ ਕਿੱਥੇ ਰੱਖੇਗਾ ਬੈਗ ਵੀ ਆਪ ਹੀ ਚੱਕ ਲੈਂਦੇ ਆਪਣੇ ਬੂਟ ਕਿੱਥੇ ਖੋਲੇਗਾ ਇਹ ਮੈਂ ਹੀ ਖੋਲ ਦਿੰਦੀ ਹਾਂ ਮੈਂ ਮਦਰਸ ਨੂੰ ਜ਼ਿਆਦਾ ਹੁੰਦਾ ਕਿ ਮੈਂ ਇਹ ਵਿਚਾਰਾ ਥੱਕ ਗਿਆ ਮੈਂ ਇਹ ਕਰ ਦਿੰਦੀ ਹਾਂ ਨਹੀਂ ਥੱਕਿਆ ਨਹੀਂ ਬੱਚਿਆਂ 'ਚ ਤੁਹਾਨੂੰ ਪਤਾ ਹੈ ਕਿ ਬੱਚਿਆਂ 'ਚ ਬਹੁਤ ਸਾਰੀ ਐਨਰਜੀ ਹੁੰਦੀ ਹੈ ਜੇ ਤੁਸੀਂ ਇਹ ਕੰਮਾਂ 'ਚ ਉਹਦੀ ਐਨਰਜੀ ਨਹੀਂ ਲਗਾਓਗੇ ਤਾਂ ਫਿਰ ਉਹ ਆਪਣੀ ਐਨਰਜੀ ਨੂੰ ਪੁੱਠੇ ਸਿੱਧੇ ਤੋੜ ਭੰਨ 'ਚ ਯੂਜ਼ ਕਰੇਗਾ ਇਸ ਲਈ ਬੈਟਰ ਹੈ ਕਿ ਬੱਚਿਆਂ ਦੀ ਜਿਹੜੀ ਐਨਰਜੀ ਹੈ ਉਹਨੂੰ ਅਸੀਂ ਸੀਕੁਐਂਸ ਵਾਈਜ਼ ਜਦੋਂ ਹੀ ਚੈਨਲਾਈਜ਼ ਕਰ ਦਈਏ ਸਵੇਰੇ ਤੋਂ ਸਕੂਲ ਦੇ ਜਾਣ ਤੱਕ ਫਿਰ ਵਾਪਸ ਟਿਫਨ ਜਿਸ ਤਰ੍ਹਾਂ ਉਹਨੇ ਬੱਚੇ ਨੇ ਟਿਫਨ ਕਰਨਾ ਮੈਂ ਦੇਖਿਆ ਕਿ ਬਹੁਤ ਸਾਰੇ ਬੱਚਿਆਂ ਦਾ ਟਿਫਨ ਬਸਤੇ 'ਚ ਹੀ ਰਹਿੰਦਾ ਜੇ ਮਦਰ ਨੇ ਨਹੀਂ ਦੇਖਿਆ ਦੂਜੇ ਦਿਨ ਸਵੇਰੇ ਲੱਭਦੇ ਆ ਕਿ ਟਿਫਨ ਕਿੱਥੇ ਹੈ ਗੰਦਾ ਟਿਫਨ ਪਿਆ ਬੈਗ 'ਚੋਂ ਨਿਕਲਿਆ ਇਸ ਲਈ ਟਿਫਨ ਜਦੋਂ ਉਹਨੇ ਸਕੂਲ ਤੋਂ ਆਉਣਾ ਹੈ ਬੈਗ ਖੋਲ੍ਹਣਾ ਤਾਂ ਟਿਫਨ ਕੱਢ ਕੇ ਕਿਚਨ 'ਚ ਰੱਖ ਦੇਣਾ ਸਿੰਕ ਦੇ ਵਿੱਚ ਪਾ ਦੇਣਾ ਬਸ ਇਸ ਤੋਂ ਜ਼ਿਆਦਾ ਕੁਛ ਨਹੀਂ ਕਰਨਾ ਉਹਦਾ ਟਿਫਨ ਵੀ ਚਲਾ ਗਿਆ ਉਸਦੇ ਸ਼ੂਜ਼ ਵੀ ਚਲੇ ਗਏ ਉਸਦੀ ਯੂਨੀਫਾਰਮ ਵੀ ਸਹੀ ਜਗ੍ਹਾ 'ਤੇ ਰੱਖ ਹੋ ਗਈ ਔਰ ਉਹਦਾ ਸਕੂਲ ਬੈਗ ਜਿਹੜਾ ਸੀ ਉਹ ਵੀ ਸਹੀ ਜਗ੍ਹਾ 'ਤੇ ਰੱਖ ਹੋ ਗਿਆ ਔਰ ਉਸ ਤੋਂ ਬਾਅਦ ਫਿਕਸ ਹੈ ਉਹਦੇ ਲਈ ਜਾਂ ਉਸਨੇ ਜੋ ਖਾਣਾ ਹੈ ਜਾਂ ਜੋ ਵੀ ਕਰਨਾ ਉਸ ਤੋਂ ਬਾਅਦ ਉਹਨੇ ਹੋਮਵਰਕ ਕਰਨਾ ਹੈ ਕਿ ਸੋ ਗਿਆ ਉੱਠ ਜਾਓ ਹੁਣ 2 ਘੰਟੇ ਹੋਮਵਰਕ ਕਰ ਲਓ ਕਰ ਲਿਆ ਹੁਣ ਤੁਸੀਂ ਸਕੂਲ ਜਾਓ ਖੇਡ ਲਓ ਕਿਉਂਕਿ ਉਹਨੂੰ ਟਾਈਮ ਦੇਣਾ ਸੀ ਪ੍ਰੋਪਰ ਕਿ ਹੁਣ 1 ਘੰਟਾ 2 ਘੰਟੇ ਖੇਡ ਲਏਗਾ ਅਤੇ ਜਿੱਥੇ ਫਰੈਂਡਸ ਦੀ ਗੱਲ ਹੈ ਕਿ ਕਿਹੜੇ ਫਰੈਂਡਸ ਨਾਲ ਖੇਡਣਾ ਹੈ ਦੇਖੋ ਇੱਕ ਵਾਰ ਪੇਰੈਂਟਸ ਨੂੰ ਚੈੱਕ ਕਰਨਾ ਪਏਗਾ ਕਿ ਕਿਹੜੇ ਫਰੈਂਡਸ ਆ ਉਹਦੇ ਫਿਜ਼ੀਕਲੀ ਜਾ ਕੇ ਦੇਖਣਾ ਪਏਗਾ ਕਿ ਕਿਹੜੀ ਫੈਮਿਲੀ ਦੇ ਨੇ ਜ਼ਿਆਦਾ ਤੌਰ 'ਤੇ ਛੋਟੇ ਬੱਚਿਆਂ ਦੇ ਫਰੈਂਡ ਉਸੇ ਲੋਕੈਲਿਟੀ ਦੇ ਹੁੰਦੇ ਆ ਉਸੇ ਲੋਕੈਲਿਟੀ 'ਚ ਜਿੰਨੇ ਕੁ ਘਰ ਹੁੰਦੇ ਆ ਉਹਨਾਂ ਦੇ ਹੀ ਬੱਚੇ ਹੁੰਦੇ ਆ ਔਰ ਉਹ ਹੀ ਖੇਡ ਰਹੇ ਹੁੰਦੇ ਆ ਜ਼ਿਆਦਾ ਤੇਰ ਮੇਰ ਨਹੀਂ ਹੁੰਦੀ ਦੋਸਤੀ ਉਹਨਾਂ ਦੀ ਪੱਕੀ ਹੁੰਦੀ ਹੈ ਵੈਸੇ ਉਹ ਖੇਡ ਰਹੇ ਹੁੰਦੇ ਆ ਔਰ ਕੁਛ ਵੀ ਉਹਨਾਂ ਨੇ ਖੇਡਣਾ ਹੁੰਦਾ ਉਸ ਤੋਂ ਬਾਅਦ ਫਿਰ ਵਾਪਸ ਆ ਗਿਆ ਬੱਚਾ ਨਾ ਰਿਹਾ ਮੂੰਹ ਹੱਥ ਧੋ ਰਿਹਾ ਉਸਦਾ ਨਾਈਟ ਸੂਟ ਜਿੱਥੇ ਰੱਖਿਆ ਉਹਨੂੰ ਕਹੋ ਬੇਟਾ ਉੱਥੋਂ ਚੁੱਕ ਕੇ ਲੈ ਕੇ ਆਓ ਉਹਨੂੰ ਦੱਸ ਦਿਓ ਪ੍ਰੋਪਰ ਕਿ ਇੱਥੇ ਤੇਰਾ ਪਿਆ ਬੇਟਾ ਇਹਨੂੰ ਚੁੱਕ ਕੇ ਲੈ ਕੇ ਆਓ ਉਹਨੂੰ ਪਾ ਲਓ ਖਾਣੇ ਲਈ ਕਿ ਕਿਚਨ 'ਚੋਂ ਮਿਲੇਗਾ ਪਲੇਟ ਕਿਚਨ 'ਚੋਂ ਲੈ ਕੇ ਆਏਗਾ ਚਲੋ ਬੇਟਾ ਹੁਣ ਪਲੇਟ ਕਿਚਨ 'ਚ ਵਾਪਸ ਰੱਖ ਕੇ ਆਓ ਦੇਖੋ ਸਾਨੂੰ ਔਖਾ ਲੱਗਦਾ ਹੈ
एक दो साल बच्चे नूं ट्रेनिंग देनी, उस तो बाद तुसी यकीन मनो मेरी गल दा कि सारी उम्र सुखी रहोगे, सारी उम्र आराम पाओगे। चाहे बच्चा छेवीं च हो गया, दसवीं च हो गया, बारहवीं च हो गया, बच्चा अपने आप चीज़ों नूं ठिकाने रखेगा और अपने आप ही जिहड़ा है थोड़ी गल भी मनेगा। जे हुण तुसीं बच्चे नूं ये कह रहे हो कि नहीं हुण ही होमवर्क करना, अगर बच्चा ये कह रहा है कि मैं एक घंटा पहले किसी नाल अपने दोस्त कोल जाना है, मैं वापस कल कर लूँगा, होमवर्क कर लूँगा, तो वी मस्ट अलाओ, सानूं अलाओ करना चाहिए कि हाँ कोई गल नहीं, इस तरह कर लो, तुसीं पहले खेड लो, बाद दे विच काम कर लो। पर ये नहीं कि इन्ना भी, मतलब कि लूज़ फिट होना चाहिए, टाइम टेबल होवे भी, लेकिन वो थोड़ी बहुत एडजस्टमेंट जिहड़ी हैगी है ਉਹ ਬੱਚੇ ਲਈ ਹੋ ਜਾਏ। ਇਹ ਜਿਹੜਾ ਵਰਡ ਤੁਸੀਂ ਬੋਲਿਆ ਲੂਜ਼ ਫਿਟ, ਵੀ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਣਾ ਚਾਹੀਦਾ, ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਏ। ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਕੋਈ ਗੈਸਟ ਆ ਗਿਆ ਘਰ 'ਚ, ਵੀ ਕਿਸੇ ਨੇ ਆਵਾਜ਼ ਨਹੀਂ ਕਰਨੀ ਬੱਚੇ ਨੇ, ਚੁੱਪਚਾਪ ਉੱਧਰਲੇ ਕਮਰੇ 'ਚ ਬੈਠੋ, ਨਹੀਂ ਆਵਾਜ਼ ਵੀ ਕਰ ਸਕਦੇ ਹਾਂ, ਆ ਵੀ ਸਕਦੇ ਹਾਂ, ਲੇਕਿਨ ਇਹ ਹੈ ਕਿ ਅਗਰ ਕੋਈ ਸ਼ਤਾਨੀ ਕਰਦਾ ਹੈ, ਜ਼ਿਆਦਾ ਬਦਤਮੀਜ਼ੀ ਕਰਦਾ, ਫਿਰ ਅਸੀਂ ਇੱਕ ਦਿਨ ਅਗਰ ਉਹਨੇ ਗੈਸਟ ਦੇ ਸਾਹਮਣੇ ਕੀਤੀ, ਅਸੀਂ ਉਹਨੂੰ ਦੱਸਾਂਗੇ ਕਿ ਬੇਟਾ ਅੰਕਲ ਆਏ ਸੀ, ਅਸੀਂ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਕਰਦੇ। ਉਹ ਕਹਿੰਦਾ ਠੀਕ ਹੈ, ਇਸ ਤਰ੍ਹਾਂ ਨਹੀਂ ਕਰਾਂਗੇ, ਦੋ ਵਾਰੀ ਦੱਸਾਂਗੇ ਛੋਟੇ ਬੱਚੇ ਨੂੰ, ਕਿਉਂਕਿ ਜਿਹੜਾ ਛੋਟਾ ਬੱਚਾ ਨਾ ਸਰ, ਉਹਨੂੰ ਮੋਲਡ ਕਰਨਾ ਬਹੁਤ ਈਜ਼ੀ ਹੈ, ਕਿਉਂਕਿ ਉਹ ਤਾਂ ਜਿੱਧਰੋਂ ਮਰਜ਼ੀ ਹੁੰਦਾ ਪਲਾਸਟਿਕ ਹੈ, ਜਿੱਧਰੋਂ ਮਰਜ਼ੀ ਮੋਲਡ ਕਰ। ਗੱਲ ਇੱਥੇ ਹੀ ਮੈਂ ਟੁੱਕ ਰਿਹਾ ਤੁਹਾਡੀ, ਗੱਲ ਬਿਲਕੁਲ ਸਹੀ ਹੈ ਕਿ ਜਦੋਂ ਉਹ ਕਹਿੰਦੇ ਨੇ ਪਾਣੀ ਸਿਰ ਤੋਂ ਲੰਘ ਜਾਂਦਾ ਹੈ, ਉਦੋਂ ਪੇਰੈਂਟਸ ਕਹਿੰਦੇ ਨੇ, ਪਹਿਲਾਂ ਤਾਂ ਪ੍ਰੋਵਾਈਡਰ ਬਣ ਜਾਂਦੇ ਨੇ, ਦੇ ਪ੍ਰੋਵਾਈਡ ਥਿੰਗਸ, ਯੂ ਮਸਟ ਬੀ ਐਗਰਿੰਗ ਵਿਦ ਦਿਸ, ਕਿ ਦੇ ਆਰ ਪ੍ਰੋਵਾਈਡਰਸ, ਐਵਰੀਥਿੰਗ ਦੇ ਆਰ ਪ੍ਰੋਵਾਈਡਿੰਗ, ਬੈਗ ਵੀ ਮੈਂ ਚੱਕ ਲੈਂਦੀ ਹਾਂ, ਯੂਨੀਫਾਰਮ ਵੀ ਮੈਂ ਰੱਖ ਦਿੰਦਾ ਜਾਂ ਰੱਖ ਦਿੰਦੀ ਹਾਂ, ਮਦਰ ਜਾਂ ਫਾਦਰ ਜਾਂ ਈਵਨ ਦਾਦਾ ਦਾਦੀ ਵੀ ਮੈਂ ਹੈਲਪ ਕਰ ਦਿੰਦੇ, ਤੇਰੇ ਸ਼ੂਜ਼ ਵੀ ਖੋਲ੍ਹ ਦਿੰਦੇ ਹਾਂ। ਜਦੋਂ ਉਹ ਅੱਗੇ ਅੱਗੇ ਜਾ ਰਿਹਾ, ਜਦੋਂ ਉਹਦੀ ਏਜ ਜਿਹੜੀ ਹੈ ਟੀਨ ਏਜ 'ਚ ਆਉਂਦਾ ਹੈ, ਤਾਂ ਉਦੋਂ ਫਿਰ ਐਕਸਪੈਕਟ ਕਰਦੇ ਹਾਂ ਕਿ ਇਮੀਡੀਏਟਲੀ ਸਵਿਚ ਓਵਰ ਕਰ ਦੇਵੇ, ਉਹ ਆਪਣੇ ਆਪ ਕਰਨ ਲੱਗ ਜਾਵੇ, ਨਹੀਂ ਕਰੇਗਾ, ਹੈ ਨਾ। ਇਹੀ ਇੱਕ ਰੀਜ਼ਨ ਹੈ, ਅਤੇ ਦੇਖੋ ਜੀ ਇਹੀ ਗੱਲ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਉਹ ਟ੍ਰੇਨਿੰਗ, ਬੱਚੇ ਛੋਟੇ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਬੜੀ ਐਨਰਜੀ ਹੈ, ਫੁੱਲ ਆਫ ਐਨਰਜੀ ਹੈ ਜੀ, ਫੁੱਲ ਆਫ ਐਨਰਜੀ, ਬਹੁਤ ਐਨਰਜੀ ਹੈ ਉਹਨਾਂ ਦੇ ਵਿੱਚ। ਔਰ ਇਸੇ ਚੀਜ਼ ਨੂੰ ਅਗਰ ਅਸੀਂ ਕੰਟੀਨਿਊ ਕਰਦੇ ਹਾਂ ਨਾ ਸਰ, ਫਿਰ ਚਾਹੇ ਟੀਨੇਜਿੰਗ ਦੇ ਵਿੱਚ ਵੀ ਬੱਚਾ ਹੈ, ਉਹਨੂੰ ਪਤਾ ਹੈ ਕਿ ਮੈਂ ਕਿਹੜੇ ਕਿਹੜੇ ਕੰਮ ਕਰਨੇ ਹੈ। ਮੈਂ ਆਪਣੀ ਪਰਸਨਲ ਐਗਜ਼ਾਮਪਲ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਬੱਚੇ ਈਵਨਿੰਗ 'ਚ ਜੋ ਮੈਂ ਔਫਿਸ ਤੋਂ ਆਉਂਦੀ ਸੀ, ਉਹ ਵੀ ਆਪਣੇ ਕੰਮ ਖਤਮ ਕਰ ਲੈਂਦੇ ਸੀ। ਈਵਨਿੰਗ 'ਚ ਕਿਚਨ 'ਚ ਵੀ ਅਸੀਂ ਇਕੱਠੇ ਕੰਮ ਕਰਦੇ ਸੀ, ਇਹ ਨਹੀਂ ਕਿ ਕਿਚਨ 'ਚ ਮੈਂ ਇਕੱਲੀ ਕੰਮ ਕਰਦੀ, ਕਿਚਨ 'ਚ ਵੀ ਕੋਈ ਦੁੱਧ ਗਰਮ ਕਰ ਰਿਹਾ, ਕੋਈ ਸਬਜ਼ੀ, ਕੋਈ ਸਾਰੇ ਆਪਣਾ ਆਪਣਾ ਕੰਮ ਕਰਦੇ ਸੀ, ਔਰ ਸਾਰੇ ਇੱਕੋ ਟਾਈਮ ਦੇ ਉੱਤੇ ਕੰਮ ਖਤਮ ਕਰਕੇ ਫਿਰ ਬੈੱਡ 'ਤੇ ਬੈਠ ਜਾਂਦੇ ਸੀ। ਫਿਰ ਕਹਾਣੀਆਂ, ਕੋਈ ਕਿਸੇ ਦੇ ਨਾਲ ਦਿਨ 'ਚ ਕੀ ਹੋਇਆ, ਕਿਸੇ ਨੇ ਕੀ ਕੀਤਾ, ਸਾਰੇ ਸ਼ੇਅਰ ਕਰਦੇ ਸੀ, ਔਰ ਇਸੇ ਤਰ੍ਹਾਂ ਹੀ ਸੌਂ ਜਾਂਦੇ ਸੀ, ਪਤਾ ਹੀ ਨਹੀਂ ਸੀ ਚੱਲਦਾ। ਪਰ ਇਹ ਹੈ ਕਿ ਪਤਾ ਸੀ ਕਿ ਆਹ ਮੇਰੇ ਕੰਮ ਹੈ ਔਰ ਮੈਂ ਕੰਮ ਕਰਨੇ ਹੈ, ਇੱਦਾਂ ਨਹੀਂ ਕਿ ਕਿਸੇ ਨੇ ਕਹਿਣਾ ਨਹੀਂ ਮੰਨਣਾ, ਨਹੀਂ। ਉਹਦੇ ਲਈ ਕੀ ਹੈ ਕਿ ਸਾਨੂੰ, ਮੈਂ ਜਿਸ ਤਰ੍ਹਾਂ ਪਹਿਲੇ ਐਪੀਸੋਡ 'ਚ ਵੀ ਦੱਸਿਆ ਸੀਗਾ ਕਿ ਸਾਨੂੰ ਬੱਚਿਆਂ ਦੇ ਡਿਕਟੇਟਰ ਨਹੀਂ ਬਣਨਾ ਚਾਹੀਦਾ, ਕਦੇ ਵੀ ਨਹੀਂ ਬਣਨਾ ਚਾਹੀਦਾ, ਕਦੇ ਵੀ ਕੋਈ ਚੀਜ਼ ਉਹਨਾਂ ਦੇ ਉੱਪਰ ਸਾਨੂੰ ਬਾਈ ਫੋਰਸ ਅਪਲਾਈ ਨਹੀਂ ਕਰਨੀ, ਕਿਉਂਕਿ ਦੇ ਆਰ ਲਿਵਿੰਗ ਬੀਂਗਸ, ਸਾਨੂੰ ਉਹਨਾਂ ਨੂੰ ਕੰਸੈਂਟ 'ਚ ਲੈਣਾ ਪਏਗਾ, ਕੰਸੈਂਟ ਲੈਣੀ ਪਏਗੀ, ਉਹਨਾਂ ਨੂੰ ਸਮਝਣਾ ਪਏਗਾ ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ, ਮਿਲ ਕੇ ਸ਼ੇਅਰ ਕਰਕੇ ਕੀ ਕਰੀਏ, ਕਿਹੜੀ ਚੀਜ਼ ਅੱਛੀ ਹੋਏਗੀ, ਦੋਨੋਂ ਗੱਲਬਾਤ ਕਰਕੇ ਫਿਰ ਹੀ ਅਸੀਂ ਇੱਕ ਰਿਜ਼ਲਟ ਦੇ ਉੱਪਰ ਪਹੁੰਚ ਸਕਦੇ ਹਾਂ। ਜ਼ਬਰਦਸਤੀ ਅਸੀਂ ਬੱਚੇ ਤੋਂ ਕੰਮ ਨਹੀਂ ਕਰਵਾ ਸਕਦੇ। ਹਾਂ, ਅਗਰ ਅਸੀਂ ਫਰੈਂਡਸ ਹੈ ਉਹਦੇ ਨਾਲ ਅੱਛੀ ਗੱਲ ਕਰਦੇ ਹਾਂ, ਅਤੇ ਉਹ ਬੱਚਾ, ਮੈਨੂੰ ਨਹੀਂ ਲੱਗਦਾ ਕਿ ਉਹ ਬੱਚਾ ਤੁਹਾਨੂੰ ਜਵਾਬ ਦਏਗਾ ਕਿ ਇਹ ਕੰਮ ਮੈਂ ਨਹੀਂ ਕਰਨਾ, ਉਹ ਕਹੇਗਾ ਨਹੀਂ ਮੈਂ ਇਹ ਕੰਮ ਪਹਿਲੇ ਕਰ ਦੇਣਾ, ਦੂਸਰਾ ਕੰਮ ਮੈਂ ਬਾਅਦ 'ਚ ਕਰ ਲਵਾਂਗਾ। ਦਿਸ ਇਜ਼ ਮਾਈ ਪਰਸਨਲ ਐਕਸਪੀਰੀਅੰਸ ਕਿ ਬੱਚਾ ਇੱਦਾਂ, ਅਸੀਂ ਕਦੇ ਵੀ ਨਹੀਂ ਕਹਿ ਸਕਦੇ ਕਿ ਬੱਚਾ ਮੇਰਾ ਕਹਿਣਾ ਜਿਹੜਾ ਹੈ ਉਹ ਨਹੀਂ ਮੰਨਦਾ, ਪਰ ਪੇਰੈਂਟਸ ਨੂੰ ਵਿਜੀਲੈਂਟ ਰਹਿਣਾ ਪਏਗਾ ਹਮੇਸ਼ਾ ਹੀ ਪੇਰੈਂਟਿੰਗ ਦੇ ਲਈ, ਹਮੇਸ਼ਾ ਹੀ। ਅਗਰ ਬੱਚਾ ਚਲਾ ਗਿਆ ਇਕੱਲਾ, ਤਾਂ ਇੱਕ ਦੋ ਵਾਰ ਸਾਨੂੰ ਦੇਖਣਾ ਪਏਗਾ, ਬੱਚੇ ਨੂੰ ਪਤਾ ਨਾ ਲੱਗੇ। ਅਗਰ ਬੱਚੇ ਨੂੰ ਪਤਾ ਚੱਲ ਗਿਆ, ਉਸਦਾ ਇਫੈਕਟ ਗਲਤ ਹੋ ਸਕਦਾ, ਨੈਗੇਟਿਵ ਚਲਾ ਜਾਏਗਾ ਕਿ ਅਸੀਂ ਉਹਦਾ ਪਿੱਛਾ ਕਰਦੇ ਹਾਂ। ਕਿਸੇ ਨਾ ਚਾਹੇ ਕਿਸੇ ਹੋਰ ਦੀ ਡਿਊਟੀ ਲਗਾਓ, ਸਿਰਫ ਇਹ ਦੇਖਣਾ ਕਿ ਮੇਰਾ ਬੱਚਾ ਅਬਜ਼ਰਵ ਕਰਨਾ ਕਿ ਕਿੱਥੇ ਜਾ ਰਿਹਾ, ਕਿੱਥੇ ਬੈਠਾ। ਜੇ ਉਹਦੇ ਫਰੈਂਡਸ ਹੈ ਤਾਂ ਜ਼ਰੂਰ ਉਹਨਾਂ ਦੇ ਪੇਰੈਂਟਸ ਨੂੰ ਮਿਲ ਲਓ, ਜੇ ਦੂਰ ਦੇ ਵੀ ਕੋਈ ਫਰੈਂਡ ਹੈ, ਇੱਕ ਅੱਧੀ ਵਾਰੀ ਪਾਰਟੀ ਕਰਕੇ ਘਰ 'ਚ ਉਹਨਾਂ ਨੂੰ ਮਿਲ ਲਓ ਕਿ ਉਹ ਕੈਸੇ ਲੋਕ ਹੈ, ਕੈਸੀ ਨੇਚਰ ਹੈ, ਸਾਡੇ ਨਾਲ ਉਹਨਾਂ ਦੇ ਮਿਲਦੇ ਹੈ ਸਾਰੇ ਹਾਵ ਭਾਵ ਕਿ ਨਹੀਂ ਮਿਲਦੇ, ਉਹਨਾਂ ਨਾਲ ਗੱਲਬਾਤ ਕਰ ਲਓ, ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਜੇ ਚਾਰ ਫਰੈਂਡਸ ਹੈ, ਚਾਰ ਫੈਮਿਲੀਜ਼ ਨੇ, ਅਤੇ ਇਹੀ ਹੈ, ਚਾਰ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹੈ, ਜਿਹਦੇ ਵਿੱਚ ਸਾਡਾ ਕੋਈ ਸਟੇਟਸ ਨਹੀਂ ਹੈ, ਬੱਚਾ ਆਪਣੀ ਮਰਜ਼ੀ ਨਾਲ ਚੂਜ਼ ਕਰ ਰਿਹਾ, ਕੋਈ ਕਿਸੇ ਦਾ ਵੀ, ਕੋਈ ਵੀ ਪੇਰੈਂਟਸ ਹੋ ਸਕਦੇ ਹੈ, ਕੋਈ ਕਿਸੇ ਤਰ੍ਹਾਂ ਦੇ ਵਰਕਰ ਹੋ ਸਕਦੇ ਹੈ, ਜ਼ਰੂਰੀ ਨਹੀਂ ਕਿ ਉਹ ਮੇਰੇ ਸਟੈਂਡਰਡ ਦੇ ਹੋਣ, ਪਰ ਉਹ ਇਨਸਾਨ ਹੈ, ਮੈਂ ਉਹਨਾਂ ਨਾਲ ਗੱਲ ਕਰ ਸਕਾਂ, ਮੇਰਾ ਬੱਚਾ ਉਹਨਾਂ ਦੇ ਬੱਚੇ ਨਾਲ ਗੱਲ ਕਰ ਸਕੇ। ਔਰ ਇਹ ਖੁਸ਼ੀ ਜਿਹੜੀ ਬੱਚੇ ਨੂੰ ਆਪਣੀ ਮਰਜ਼ੀ ਨਾਲ ਦੋਸਤ ਚੁਣ ਕੇ ਉਹਦੇ ਨਾਲ ਗੱਲ ਕਰਕੇ ਮਿਲਦੀ ਹੈ, ਅਸੀਂ ਉਹਨੂੰ ਖਰੀਦ ਕੇ ਨਹੀਂ ਦੇ ਸਕਦੇ, ਕਦੇ ਨਹੀਂ ਦੇ ਸਕਦੇ ਖਰੀਦ ਕੇ, ਇਹ ਉਹਨੂੰ ਹੀ ਮਿਲਣੀ ਹੈ, ਉਹਨੇ ਹੀ ਗੱਲ ਕਰਨੀ ਹੈ।
और वह शेयरिंग उन्हें जो सू दसनी है तो भी उन्हें हस हस के दसनी है कि असं आह गल करते आह करते इदा करते असं ये मतलब कि इंटरफेयर ना करिए ठीक है। विजिलेंट अप्रोच साड़ी हमेशा रहेगी। मैं सारे पेरेंट्स को यही अपील करती हाँ कि सारे ध्यान रखो कि थोड़े बच्चे की करते हैं कितने जाते हैं किमें करते हैं किनू मिलते हैं पर इंटरफेयर ना करो। इंडिपेंडेंस इंडिपेंडेंस उन्होंने उन्होंने स्पेस दे के रखो गाइड भी करो लेकिन स्पेस जरूर उन्होंने दे के रखो। मुख्य की गल तो फिर डॉक्टर साहब यही हुई कि जेकर कोई बच्चा कहना नहीं मन रहा चाहे स्कूल कहना नहीं मन रहा चाहे घर कहना नहीं मन रहा तो वी अडल्ट्स आर एट फॉल्ट एट फॉल्ट बिल्कुल असी कहांगे चाहे पेरेंट्स ही असी जिहड़े हैं साडे च नुक्स है जे साडा टीचर है असी साडा बच्चा साडा डिसिप्लिनड नहीं है तो इहदा मतलब साडे च नुक्स है साडे च कि साडी टीचिंग कोई ना कोई कमी साडे च किते ना किते फॉल्ट रह गया चाहे उहदे पालन पोषण च रह गया जां उहनूं कोई इंस्ट्रक्शंस देण च रह गया जां किते ना किते इस तरह टीचर्स हैं उन्हां दी टीचिंग च किते ना किते कोई प्रॉब्लम रह गई क्योंकि अगर बाकी बच्चे कर रहे हैं पढ़ रहे हैं दो बच्चे नहीं कहना मान रहे ਇਹਦਾ ਮਤਲਬ ਕਿ ਕੋਈ ਨਾ ਕੋਈ ਪ੍ਰੋਬਲਮ ਤਾਂ ਹੈ ਟੀਚਰ ਔਰ ਉਹ ਦੋ ਬੱਚਿਆਂ ਦੀ ਬਿਲਕੁਲ ਉਹ ਤਾਂ ਦੇਖੋ ਉਹ ਇਸੇ ਚੀਜ਼ ਨੂੰ ਤਾਂ ਅਸੀਂ ਆਈਡੈਂਟੀਫਾਈ ਕਰਦੇ ਮੈਂ ਇਹ ਕਹਿ ਰਹੀ ਹਾਂ ਕਿ ਇੰਨਾ ਵਾਸਟ ਹੈ ਇਹ ਸਾਰਾ ਕੁਝ ਐਜੂਕੇਸ਼ਨ ਅਸੀਂ ਮੰਨਦੇ ਹਾਂ ਕਿ ਬਹੁਤ ਵਾਸਟ ਸਬਜੈਕਟ ਹੈ ਬਹੁਤ ਵਾਸਟ ਏਰੀਆ ਨੇ ਪਰ ਦੇਖੋ ਜਿਹੜੇ ਪੇਰੈਂਟਸ ਦਾ ਇੱਕ ਬੱਚਾ ਨਾ ਉਹਨਾਂ ਦੀ ਤਾਂ ਸਾਰੀ ਦੁਨੀਆ ਉਹੀ ਹੈ ਨਾ ਉਹਨਾਂ ਨੇ ਤਾਂ ਉਹਦੀ ਹੀ ਗੱਲ ਕਰਨੀ ਹੈ ਨਾ ਅਸੀਂ ਚਾਹੇ ਸਾਰੀ ਦੁਨੀਆ ਦੀ ਗੱਲ ਕਰਦੇ ਉਹਨਾਂ ਨੇ ਤਾਂ ਆਪਣੇ ਬੱਚੇ ਦੀ ਗੱਲ ਕਰਨੀ ਹੈ ਲੇਕਿਨ ਅਸੀਂ ਕਿਸੇ ਵੀ ਬੱਚੇ ਨੂੰ ਇਗਨੋਰ ਨਾ ਕਰੀਏ ਹਰ ਬੱਚੇ ਨੂੰ ਚਾਹੇ ਉਹ ਟੀਚਰ ਹੈ ਚਾਹੇ ਉਹ ਪੇਰੈਂਟ ਹੈ ਕੋਈ ਵੀ ਬੱਚਾ ਜਿਹੜਾ ਸਮਾਜ ਦੇ ਵਿੱਚ ਹੈ ਅਸੀਂ ਉਹਨੂੰ ਇਗਨੋਰ ਨਾ ਕਰੀਏ ਉਹਨੂੰ ਵੈਲਕਮ ਕਰੀਏ। ਮੁੱਖ ਕਾਰਨ ਅੱਜ ਕੱਲ੍ਹ ਇਹੀ ਰਹਿ ਗਿਆ ਕਿ ਜਿਹੜੇ ਬੱਚੇ ਹੈ ਅਸੀਂ ਉਹਨਾਂ ਨੂੰ ਬਦਰ ਨਹੀਂ ਕਰਦੇ ਕਿਸੇ ਹੋਰ ਦਾ ਵੀ ਬੱਚਾ ਕੋਈ ਗਲਤ ਕੰਮ ਕਰਦਾ ਅਸੀਂ ਉਹਨੂੰ ਬਦਰ ਨਹੀਂ ਕਰਦੇ ਅਸੀਂ ਕੋਲੋਂ ਦੀ ਲੰਘ ਜਾਂਦੇ ਹਾਂ ਅਸੀਂ ਕਹਿੰਦੇ ਛੱਡੋ ਯਾਰ ਮੇਰੇ ਐਵੇਂ ਮੇਰੇ ਨਾਂ 'ਤੇ ਪੈ ਜਾਏਗਾ। ਇਹ ਇੱਕ ਮੇਨ ਫੈਕਟਰ ਸੋਸਾਇਟੀ ਦੇ ਵਿੱਚ ਆ ਗਿਆ ਕਿ ਅਸੀਂ ਕਿਸੇ ਦੇ ਬੱਚੇ ਨੂੰ ਪਹਿਲੇ ਕੀ ਸੀ ਕਿ ਕੋਈ ਕਿਸੇ ਦਾ ਵੀ ਪਿੰਡ 'ਚ ਬੱਚਾ ਹੁੰਦਾ ਸੀ ਨਾ ਝੁੱਕ ਕੇ ਮਾਰਦੇ ਸੀ ਥੱਪੜ ਵੀ ਤੂੰ ਆਹ ਗਲਤ ਕੰਮ ਕਰਦਾ ਪਤਾ ਨਹੀਂ ਕੌਣ ਸੀ ਚਾਚਾ ਸੀ ਤਾਇਆ ਸੀ ਮਾਰ ਦਿੰਦਾ ਸੀ ਬੱਚਿਆਂ ਨੂੰ ਪੂਰੇ ਟੋਕ ਦਿੰਦਾ ਸੀ ਪੂਰੇ ਪਿੰਡ ਦਾ ਖਤਰਾ ਸੀ ਮੈਨੂੰ ਮੈਂ ਕੋਈ ਗਲਤ ਕੰਮ ਕਰੂੰਗਾ ਮੈਨੂੰ ਟੋਕ ਦੇਣਾ। ਹੁਣ ਅਸੀਂ ਇਸ ਚੀਜ਼ ਨੂੰ ਥੋੜ੍ਹਾ ਛੱਡਤਾ ਅਸੀਂ ਬਹੁਤ ਨਹੀਂ ਕਰਦੇ ਇਸ ਵਿਸ਼ੇ 'ਤੇ ਵੀ ਗੱਲ ਕਰਾਂਗੇ ਕਿ ਜੇਕਰ ਬੱਚਾ ਗਲਤੀ ਕਰ ਰਿਹਾ ਚਾਹੇ ਮੇਰਾ ਬੱਚਾ ਸਾਡਾ ਬੱਚਾ ਗਲਤੀ ਕਰ ਰਿਹਾ ਤਾਂ ਅਸੀਂ ਉਹਦੀ ਸਪੋਰਟ 'ਚ ਨਾ ਖੜੀਏ। ਬਿਲਕੁਲ ਜੀ ਬਿਲਕੁਲ ਬੜੇ ਇਸ਼ੂਜ਼ ਹੈ ਬੜੀਆਂ ਗੱਲਾਂ ਬੱਚੇ ਮੋਬਾਈਲਸ ਬਹੁਤ ਯੂਜ਼ ਕਰਦੇ ਹੈ ਬੱਚਿਆਂ ਨੂੰ ਮੋਬਾਈਲਸ ਯੂਜ਼ ਕਰਨ ਦੀ ਕਿੰਨੀ ਕੁ ਪ੍ਰਵਾਨਗੀ ਹੋਣੀ ਚਾਹੀਦੀ ਹੈ ਇਸ ਟੌਪਿਕ 'ਤੇ ਵੀ ਅਸੀਂ ਗੱਲ ਕਰਾਂਗੇ। ਬੱਚੇ ਗਲਤੀ ਕਰ ਰਹੇ ਨੇ ਮੇਰਾ ਬੱਚਾ ਤੁਹਾਡਾ ਬੱਚਾ ਕਿਸੇ ਦਾ ਵੀ ਬੱਚਾ ਕੀ ਪੇਰੈਂਟ ਦਾ ਕੀ ਰੋਲ ਆ ਉੱਥੇ ਛੋਟੀਆਂ ਛੋਟੀਆਂ ਗੱਲਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਮਾਈਕਰੋ ਕੰਟੈਂਟਸ ਨੇ ਉਹਨਾਂ ਨੂੰ ਅਸੀਂ ਆਪਣੀ ਇਸ ਗੱਲਬਾਤ ਦੇ ਵਿੱਚ ਛੇੜ ਰਹੇ ਹਾਂ। ਡਾਕਟਰ ਸੁਰਿੰਦਰ ਕੌਰ ਗਿੱਲ ਸਾਡੇ ਇਸ ਸੀਰੀਜ਼ ਦੇ ਵਿੱਚ ਹਮੇਸ਼ਾ ਸਾਡੇ ਨਾਲ ਰਹਿਣਗੇ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਹੈ ਸਭ ਕੁਝ ਚੰਗਾ ਲੱਗ ਰਿਹਾ ਹੋਵੇਗਾ। ਹਾਂ ਫੀਡਬੈਕ ਜ਼ਰੂਰ ਦਿਓ ਟੌਪਿਕ ਵੀ ਦੱਸਿਓ ਪੇਰੈਂਟਸ ਹੋ ਜਾਂ ਟੀਚਰ ਹੋ ਜਾਂ ਕੋਈ ਵੀ ਹੋ ਤੁਸੀਂ ਜਿਸ ਚਾਹੇ ਈਵਨ ਬੱਚੇ ਵੀ ਹੋ ਤੁਸੀਂ ਜੇਕਰ ਸਾਡਾ ਵੀਡੀਓ ਦੇਖ ਰਹੇ ਹੋ ਟੌਪਿਕ ਦੱਸੋ ਸਾਨੂੰ ਕਾਲ ਵੀ ਕਰ ਸਕਦੇ ਹੋ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ 'ਤੇ ਸਾਡੇ ਫੇਸਬੁੱਕ ਪੇਜ 'ਤੇ ਯੂਟਿਊਬ 'ਤੇ ਸਾਰੇ ਥਾਂ 'ਤੇ ਸਾਡੇ ਟੈਲੀਫੋਨ ਨੰਬਰ ਵੀ ਦਿੱਤੇ ਨੇ ਡਿਸਕ੍ਰਿਪਸ਼ਨਸ ਵੀ ਦਿੱਤੇ ਨੇ ਗੱਲਬਾਤ ਕਰਦੇ ਰਹਾਂਗੇ ਇਸ ਤਰ੍ਹਾਂ ਦੇ ਵੀਡੀਓਜ਼ ਅਸੀਂ ਲੈ ਕੇ ਆਉਂਦੇ ਰਹਾਂਗੇ। ਧੰਨਵਾਦ ਮੈਮ ਸ਼ੁਕਰੀਆ ਜੀ ਅੱਜ ਦੀ ਗੱਲਬਾਤ ਬੜੀ ਇੰਟਰਸਟਿੰਗ ਰਹੀ ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਠੀਕ ਹੈ ਥੈਂਕ ਯੂ ਥੈਂਕ ਯੂ।